ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮੰਨ ਕੇ ਭਾਗ ਦੂਜਾ ਪ੍ਰਸ਼ੰਸਾ ਨਾਲ ਚੰਗਾ ਛੰਗੇਰਾ ਹੋ ਜਾਂਦਾ ਹੈ ਨਿੰਦਾ ਨਾਲ ਭੈੜਾ ਦੁਸ਼ਮਣ ਬਣ ਜਾਂਦਾ ਹੈ ਸਰਕਾਰੀ ਦਫ਼ਤਰ 9 ਵਜੇ ਖੁੱਲ੍ਹਦੇ ਹਨ ਜਨਤਾ ਦੀ ਮੁਸੀਬਤ 10 ਵਜੇ ਆਰੰਭ ਹੁੰਦੀ ਹੈ ਕਿਸੇ ਦੀ ਆਰਥਿਕ ਸਥਿਤੀ ਉਸਦੇ ਕੱਪੜਿਆਂ ਰਾਹੀਂ ਪ੍ਰਗਟ ਹੁੰਦੀ ਹੈ ਜੋ ਦੋਸਤ ਨਾਲ ਹੋਵੇ ਤਾਂ ਲੰਮਾ ਰਸਤਾ ਛੋਟਾ ਹੋ ਜਾਂਦਾ ਹੈ ਜੇ ਪ੍ਰੇਮਿਕਾ ਨਾਲ ਹੋਵੇ ਤਾਂ ਦੋਵੇਂ ਹੌਲੀ ਤੁਰ ਕੇ ਛੋਟੇ ਰਸਤੇ ਤੇ ਵੀ ਲੰਮੀ ਸੈਰ ਕਰ ਲੈਂਦੇ ਹਨ ਭਾਵੇਂ ਘਰ ਵਿੱਚ ਨੌਕਰ ਹੋਣ ਵੱਧ ਤੋਂ ਵੱਧ ਕੰਮ ਆਪਕਾਰਨ ਨਾਲ ਬਿਮਾਰ ਹੋਣ ਉਦਾਸ ਹੋਣ ਅਤੇ ਨਿਰਾਸ਼ ਹੋਣ ਤੋਂ ਬਚੇ ਰਹੋਗੇ 21-22 ਸਾਲ ਦੀ ਉਮਰ ਵਿੱਚ ਕੀਤੇ ਵਿਆਹ 31-36 ਸਾਲ ਦੀ ਉਮਰ ਵਿੱਚ ਕੀਤੇ ਵਿਆਹ ਨਾਲੋਂ ਬਧੇਰੇ ਪੱਕੇ ਅਤੇ ਮਾਨਨਯੋਗ ਹੁੰਦੇ ਹਨ ਖਾਵੇਂ ਦੀ ਸਮੱਸਿਆ ਨਹੀਂ ਉਪਜਦੀ ਅਤੇ ਬੱਚੇ ਜਲਦੀ ਹੋ ਜਾਣ ਕਾਰਨ ਪਤੀ-ਪਤਨੀ ਵਿਚਕਾਰ ਆਪਸੀ ਸਹਿਯੋਗ ਵਧੇਰੇ ਹੁੰਦਾ ਹੈ ਸੰਤਾਨ ਨਾਲ ਮਿਹਨਤ ਮਿੱਠੀ ਹੋ ਜਾਂਦੀ ਹੈ ਪਰ ਦੁੱਖ ਵਦੇਰੇ ਕੋੜੇ ਹੋ ਜਾਂਦੇ ਹਨ ਕਿੰਨੀ ਅਜੀਬ ਗੱਲ ਹੈ ਕਿ ਜਿਹੜਾ ਪਤਨੀ ਦਾ ਸਤਕਾਰ ਕਰੇ ਉਸ ਨੂੰ ਹੋਰ ਇਸਤਰੀਆਂ ਹੀ ਨਹੀਂ ਮਾਂ ਹੀ ਵੋਟੀ ਦਾ ਗੁਲਾਮ ਦੱਸਣ ਲੱਗ ਪੈਂਦੀ ਹੈ अनेकान ਪੜ ਬੜੇ ਸਿਆਣੇ ਬਹਾਦਰ ਨਿਗਰ ਅਤੇ ਸਹਿਯੋਗੀ ਹੁੰਦੇ ਹਨ ਇਹ ਛਲ ਕਪਟ ਤੋਂ ਵੀ ਮੁਕਤ ਹੁੰਦੇ ਹਨ ਕੋਜ ਮੁੱਲਵਾਨ ਕਰੋਗੇ ਪਹਿਲਾਂ ਨਾਜ਼ਰ ਅੰਦਾਜ਼ ਕੀਤਾ ਜਾਵੇਗਾ ਪੰਡਿਆ ਤੇ ਹਸਿਆ ਜਾਵੇਗਾ ਵਿਰੋਧ ਕੀਤਾ ਜਾਵੇਗਾ ਫਿਰ ਤੁਸੀਂ ਜਿੱਤ ਜਾਓਗੇ ਜਵਾਨੀ ਦੀਆਂ ਅਣਗਹਿਲੀਆਂ ਦਾ ਸਾਰੇ ਜੀਵਨ ਤੇ ਪ੍ਰਭਾਵ ਪੈਂਦਾ ਹੈ ਬਾਈਬਲ ਨੂੰ ਤਿੰਨ ਵਾਰੀ ਮੁੜ ਸਮਕਾਲੀ ਭਾਸ਼ਾ ਵਿੱਚ ਲਿਖ ਕੇ ਸਮੇ ਦੇ ਹਾਨ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਟੜ ਧਰਮਾਂ ਦੇ ਗ੍ਰੰਥਾਂ ਵਿੱਚ ਇੱਕ ਵੀ ਸ਼ਬਦ ਇਧਰ ਉਧਰ ਹੋਣ ਨਾਲ ਫਸਾਦ ਹੋਣ ਲੱਗ ਪੈਂਦੇ ਹਨ ਬੁੱਢਾਪੇ ਵਿੱਚ ਮਨੁੱਖ ਸਿਆਣਾ ਤਾਂ ਹੋ ਜਾਂਦਾ ਹੈ ਪਰ ਸਿਆਣਪ ਬਰਤਨ ਦੀ ਸਰੀਰਕ ਹਿੰਮਤ ਨਹੀਂ ਹੁੰਦੀ ਜਵਾਨੀ ਵਿੱਚ ਸ਼ਕਤੀ ਤਾਂ ਹੁੰਦੀ ਹੈ ਪਰ ਉਸ ਨੂੰ ਬਰਤਨ ਦੀ ਸਿਆਣਪ ਨਹੀਂ ਹੁੰਦੀ ਸ਼ਕਤੀਸ਼ਾਲੀ ਪ੍ਰਬੰਧਕ ਫੈਸਲੇ ਕਰਦੇ ਹਨ ਇਹ ਨਿਮਾਂ ਅਤੇ ਵਿਰੋਧਾਂ ਦੀ ਪ੍ਰਵਾਹ ਨਹੀਂ ਕਰਦੇ ਨਿਕੰਮੇ ਪ੍ਰਬੰਧਕ ਵੇਰਵਿਆਂ ਤੇ ਨਿਮਾਂ ਨੂੰ ਪੂਰੇ ਕਰਨ ਵਿੱਚ ਰੁਝੇ ਰਹਿਣ ਕਾਰਨ ਫੈਸਲਾ ਕਰਨ ਦੀ ਘੜੀ ਲੰਗਾ ਦਿੰਦੇ ਹਨ ਜਦੋਂ ਕੁਝ ਕਰਨ ਲੱਗ ਜਾਓਗੇ ਆਲੋਚਨਾ ਗੁੰਗੀ ਹੋ ਜਾਵੇਗੀ ਗੱਲਾਂ ਕਰਨੀਆਂ ਲਿਖਣ ਨਾਲੋਂ ਸੌਖੀਆਂ ਹੁੰਦੀਆਂ ਹਨ ਇਸ ਲਈ ਬਹੁਤਾ ਬੋਲਣ ਵਾਲੇ ਅਕਸਰ ਲਿਖਣ ਵਿੱਚ ਢਿੱਲੇ ਹੁੰਦੇ ਹਨ ਉਦਾਸੀ ਦੀ ਵੀ ਹੱਦ ਹੁੰਦੀ ਹੈ ਇਸ ਤੋਂ ਅੱਗੇ ਆਤਮ ਹੱਤ ਹੁੰਦਾ ਹੈ ਦੁੱਖ ਦੀ ਵੀ ਹੱਦ ਹੁੰਦੀ ਹੈ ਇਸ ਤੋਂ ਅੱਗੇ ਮੌਤ ਹੁੰਦੀ ਹੈ ਪ੍ਰਸੰਨਤਾ ਦੀ ਵੀ ਹੱਦ ਹੁੰਦੀ ਹੈ ਇਸ ਤੋਂ ਅੱਗੇ ਪਾਗਲਪਨ ਹੁੰਦਾ ਹੈ ਸੰਤੁਲਿਤ ਜੀਵਨ ਲਈ ਹੱਦ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਹੁੰਦਾ ਹੈ ਰਾਜਿਆਂ ਦੇ ਦਰਬਾਰਾਂ ਵਿੱਚ ਜਿਨ੍ਹਾਂ ਨੂੰ ਸਿਆਣੇ ਵਜ਼ੀਰ ਕਿਹਾ ਜਾਂਦਾ ਸੀ ਉਹ ਅਕਸਰ ਸਿਆਣੇ ਚਾਪਲੂ ਸਹੀ ਹੁੰਦੇ ਹਨ ਹੁੰਦੇ ਸਨ ਜੀਤ ਨੂੰ ਕੋਈ ਪਸੰਦ ਨਹੀਂ ਕਰਦਾ ਪਰ ਇਸ ਤੱਕ ਪਹੁੰਚਣ ਵਾਲੀ ਪੀੜ ਨੂੰ ਹਰ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਮੁਸਲਮਾਨਾਂ ਦਾ ਵੀ ਇਨਕਲਾਬ ਵਿੱਚ ਵਿਸ਼ਵਾਸ ਹੁੰਦਾ ਹੈ ਜਿਹੜਾ ਜੁਮੇ ਵਾਲੇ ਦਿਨ ਮਸਜਿਦ ਵਿੱਚ ਆਰੰਭ ਹੋ ਕੇ ਉੱਥੇ ਹੀ ਸੋਹ ਜਾਂਦਾ ਹੈ ਕਿਸੇ ਸਭਿਆਚਾਰ ਦੇ ਲੋਪ ਹੋਣ ਤੋਂ ਪਹਿਲਾਂ ਉਸ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਖਤਮ ਹੁੰਦੀਆਂ ਹਨ ਪਦਾਰਥਕ ਸੁਖ ਸੁਹੂਲਤਾਂ ਦੀ ਭੁੱਖ ਇਤਨੀ ਵੱਧ ਗਈ ਹੈ ਕਿ ਸਭ ਕੁਝ ਹੋਣ ਦੇ ਬਾਵਜੂਦ ਮਨੁੱਖ ਖਾਲੀ ਖੋਖਲਾ ਮਹਿਸੂਸ ਕਰਦਾ ਹੈ। ਹਰੇਕ ਪਿਆਰ ਪੈਣ ਦਾ ਢੰਗ ਲੱਗਦਾ ਇੱਕੋ ਜਿਹਾ ਹੁੰਦਾ ਹੈ ਪਰ ਹਰ ਕੋਈ ਸਮਝਦਾ ਹੈ ਕਿ ਮੇਰਾ ਢੰਗ ਪੂਰਨ ਭਾਂਤ ਨਵੇਕਲਾ ਹੈ। ਇਹ ਸੋਚ ਦੋਵੇਂ ਪ੍ਰੀਮੀਆ ਨੂੰ ਬੜਾ ਹੁਲਾਰਾ ਦਿੰਦੀ ਹੈ। ਜਦੋਂ ਤੱਕ yatharth ਦਾ ਸਾਹਮਣਾ ਨਾ ਕੀਤਾ ਜਾਵੇ ਮੁਸ਼ਕਿਲ ਅਤੇ ਮੁਸੀਬਤ ਵਾਲੀ ਸਥਿਤੀ ਕਾਬੂ ਵਿੱਚ ਨਹੀਂ ਆਉਂਦੀ ਜਿਵੇਂ ਹੁਣ ਜਾਇਦਾਦਾਂ ਦੇ ਝਗੜੇ ਹਨ ਉਵੇਂ ਹੀ ਸ਼ਿਕਾਰ ਯੁੱਗ ਵਿੱਚ ਸ਼ਿਕਾਰ ਦੀਆਂ ਜੂਹਾਂ ਦੇ ਝਗੜੇ ਹੋਇਆ ਕਰਦੇ ਸਨ ਸਭ ਤੋਂ ਔਖੀ ਲੜਾਈ ਆਪਣੇ ਅਗੁਣਾ ਨਾਲ ਹੁੰਦੀ ਹੈ ਸਭ ਤੋਂ ਵੱਡੀ ਜਿੱਤ ਵਿਰੋਧੀਆਂ ਵਿਰੁੱਧ اخਲਾਕੀ ਜਿੱਤ ਹੁੰਦੀ ਹੈ ਕੋਈ ਵੀ ਸੰਕਟ ਹੋਵੇ ਉਸ ਵਿੱਚ ਮਨੋਕੀ ਵਿਹਾਰ ਦੀਆਂ ਸਿਖਰਾਂ ਅਤੇ ਖਾਈਆਂ ਦੋਵੇਂ ਦਿਸਣਗੀਆਂ ਕਈ ਵਾਰੀ ਇਹ ਦੋਵੇਂ ਇੱਕ ਹੀ ਵਿਅਕਤੀ ਵਿੱਚ ਦਿਸਦੀਆਂ ਹਨ ਲੰਮੀ ਕਈ ਸਾਲਾਂ ਵਾਲੀ ਸਜ਼ਾ ਇਸ ਲਈ ਦਿੱਤੀ ਜਾਂਦੀ ਹੈ ਤਾਂ ਕਿ ਮੁਜਰਿਮ ਸੋਚੇ ਆਪਣੇ ਜੁਰਮ ਦੀ ਗੰਭੀਰਤਾ ਨੂੰ ਸਮਝੇ ਪਛਤਾਵਾ ਕਰੇ ਅਤੇ ਸੁਧਰੇ ਅਤੇ ਉਸ ਦੀ ਹੋਰ ਜੁਰਮ ਕਰਨ ਦੀ ਉਮਰ ਲੰਘ ਜਾਵੇ ਤਾੜੀਆਂ ਦੇ ਮਾਹੌਲ ਵਿੱਚ ਪਲਣ ਵਾਲੇ અપਮਾਨ ਨੂੰ ਕਿਵੇਂ ਸਹਿਣਗੇ अनुशासनहीन व्यक्ति सहयोगी नहीं हो सकता अपनी ਘਾਟਾਂ ਤੋਂ ਜਾਣੂ ਹੋਵੋਗੇ ਹੋਰਾਂ ਦੀਆਂ ਘਾਟਾਂ ਨੂੰ ਬਰਦਾਸ਼ਤ ਕਰਨ ਦੇ ਯੋਗ ਹੋ ਜਾਓਗੇ ਅਮਰੀਕਾ ਇੱਕ ਪ੍ਰਯੋਗ ਸੀ ਜਿਹੜਾ ਸਫਲ ਸਾਬਤ ਹੋਇਆ ਹੈ ਜਿਹੋ ਜਿਹੇ ਲੋਕ ਹੁੰਦੇ ਹਨ ਉਹ ਜਹੀ ਹਕੂਮਤ ਹੁੰਦੀ ਹੈ ਹਕੂਮਤ ਦੀ ਪੱਦਰ ਸੁਧਾਰਨ ਲਈ ਲੋਕਾਂ ਦੀ ਪੱਧਰ ਰੁਚੀ ਚੁਕਣੀ ਪਵੇਗੀ ਸਿੱਖਿਆ ਨਾਲ ਟੈਕਨੋਲੋਜੀ ਦਾ ਨਾਲ ਕਾਰਜ ਕਰਨ ਦੀ ਯੋਗਤਾ ਨਾਲ ਮਹਾਕਾਵ ਵਿੱਚ ਸੁਧਾਰਨ ਪਾਤਰਾਂ ਲਈ ਕੋਈ ਥਾਂ ਨਹੀਂ ਹੁੰਦੀ ਇਸ ਵਿੱਚ ਸਾਰੇ ਬਾਤਰ ਵਿਸ਼ੇਸ਼ ਅਤੇ ਮਹੱਤਵਪੂਰਨ ਹੁੰਦੇ ਹਨ ਮਹੱਤਵਪੂਰਨ ਘਟਨਾਵਾਂ ਦੀ ਯਾਦ ਜਾਂਦੀ ਜਾਂਦੀ ਵੀ ਨਹੀਂ ਜਾਂਦੀ ਸਿੱਖਿਆ ਰਾਹੀ ਅੰਦਰਲਾ ਵਿਕਸਿਤ ਹੁੰਦਾ ਹੈ ਮਿਹਨਤ ਰਾਹੀ ਬਾਹਰਲਾ ਵਿਕਾਸ ਕਰਦਾ ਹੈ ਮਿਹਨਤ ਵਾਲੀ ਸਿੱਖਿਆ ਰਾਹੀ ਕਾਇਆ ਕਲਪ ਵਾਪਰਦਾ ਹੈ ਧਰਤੀ ਸੋਹਣੇ ਸੁਨਖੇ ਬਹਾਦਰ ਖੁਸ਼ਹਾਲ ਸਿਆਣੇ ਅਤੇ ਪ੍ਰਸੰਨ ਜੀਵਾਂ ਲਈ ਹੈ ਜਿਹੜੇ ਨਹੀਂ ਹਨ ਉਹ ਧਰਤੀ ਨਾਲ ਅਨਿਆਇ ਕਰ ਰਹੇ ਹਨ ਕਈ ਅਹੁਦੇ ਦੀ ਲਿਸ਼ਕਤ ਤੇ ਜ਼ਿੰਮੇਵਾਰੀ ਨਾਲ ਲਿਸ਼ਕਦੇ ਹਨ ਕਈਆਂ ਨੂੰ ਮਨ ਦੀ ਅਮੀਰੀ ਅਤੇ ਬੁੱਧੀ ਦੀ ਵਿਸ਼ਾਲਤਾ ਦਾ ਨੂਰ ਚਮਕਾਉਂਦਾ ਹੈ ਜਦੋਂ ਤੱਕ ਸ਼ੀਆ ਸੁੰਨੀਆਂ ਵਿੱਚੋਂ ਇੱਕ ਫਿਰਕਾ ਮੁਕਦਾ ਨਹੀਂ ਇਸਲਾਮ ਵਿੱਚ ਮਰਨਾ ਮਾਰਨਾ ਪਹਿਲਾਂ ਵਾਂਗ ਹੀ ਜਾਰੀ ਰਹੇਗਾ ਇਸਤਰੀ ਪੁਰਸ਼ ਨੂੰ ਝੋਠ ਬੋਲਣ ਲਈ ਮਜਬੂਰ ਕਰਦੀ ਹੈ ਉਹ ਸੁਣਨਾ ਚਾਹੁੰਦੀ ਹੈ ਤੂੰ ਬੜੀ ਸੋਹਣੀ ਹੈ ਤੇਰੇ ਵਰਗੀ ਹੋਰ ਕੋਈ ਨਹੀਂ ਮੈਂ ਤੈਨੂੰ ਜਨਮਾਂ ਜਨਮਾਂ ਤੱਕ ਪਿਆਰ ਕਰਾਂਗਾ ਪੀੜ ਦੇ ਵਦਨ ਨਾਲ ਸਾਰਿਆਂ ਦਾ ਵਿਹਾਰ ਵਿਗੜਦਾ ਹੈ। ਮੋਤਾਂ ਵਾਲੇ ਕਿਸੇ ਹਾਦਸੇ ਵਿੱਚ ਜਿਸ ਨੂੰ ਸਭ ਤੋਂ ਵੱਧ ਸੱਟਨਾਂ ਲੱਗਦੀਆਂ ਹਨ ਉਹ ਅਕਸਰ ਸਭ ਤੋਂ ਪਹਿਲਾਂ ਠੀਕ ਹੁੰਦਾ ਹੈ ਕਿਉਂਕਿ ਉਸ ਨੂੰ ਮਰਨ ਤੋਂ ਬਚ ਜਾਣ ਦੀ ਪ੍ਰਸੰਨਤਾ ਜਲਦੀ ਠੀਕ ਕਰ ਦਿੰਦੀ ਹੈ। ਅਸੀਂ ਬੇਇੱਜ਼ਤੀ ਉਦੋਂ ਮਹਿਸੂਸ ਕਰਦੇ ਹਾਂ ਜਦੋਂ ਬੇਇੱਜ਼ਤੀ ਹੋਈ ਗਲਤੀ ਦੇ ਅਨੁਪਾਤ ਵਿੱਚ ਵਧੇਰੇ ਹੋਵੇ। ਸ਼ਰਮ ਵੀ ਵਿਕਾਸ ਦਾ ਕਾਰਨ ਬਣਦੀ ਹੈ ਸ਼ਰਮ ਕਾਰਨ ਅਸੀਂ ਬਹੁਤ ਕੁਝ ਛਪਾਉਂਦੇ ਹਾਂ ਚੁੱਪ ਹੋ ਜਾਂਦੇ ਹਾਂ ਪਛਤਾਉਂਦੇ ਹਾਂ ਸੁਧਾਰ ਕਰਦੇ ਹਾਂ ਪਿਆਰ ਜਿਹਾ ਆਨੰਦਮਈ ਅਤੇ ਤਸੀਹੇ ਭਰਿਆ ਕੋਈ ਹੋਰ ਅਨੁਭਵ ਨਹੀਂ ਹੁੰਦਾ ਇਸ ਵਿੱਚ ਪ੍ਰਸੰਨਤਾ ਤੋਂ ਪਰੇ ਦੀ ਖੁਸ਼ੀ ਅਤੇ ਤਸੀਹੇ ਤੋਂ ਪਰੇ ਦਾ ਦਰਦ ਸਾਡੇ ਅਨੁਭਵ ਹੋ ਨਿਪਟਦਾ ਹਨ ਆਪਣੇ ਥੋੜੇ ਹੋਏ ਵੇਲਿਆਂ ਦੀ ਪ੍ਰੇਮਿਕਾ ਕਦੇ ਨਹੀਂ ਭੁੱਲਦੀ ਸਮਾਜ ਦੇ ਸੁਭਾਅ ਨੂੰ ਜਾਨਣਾ ਹੋਵੇ ਤਾਂ ਕਿਸੇ ਰੀਤ ਦਾ ਉਲੰਘਣ ਕਰੋ। ਕਈ ਪ੍ਰੇਮੀ ਆਪਣੀ ਪ੍ਰੇਮਿਕਾ ਦੇ ਕਿਸੇ ਹੋਰ ਨਾਲ ਵਿਆਹੀ ਜਾਣ ਤੇ ਆਪਣੇ ਆਪ ਤੋਂ ਵਿਛੜ ਜਾਂਦੇ ਹਨ। ਪੈਰਿਸ ਦੀਆਂ ਸੋਹਣੀਆਂ ਸੁਨੱਖੀਆਂ ਨਾਰਾਂ ਆਪਣੇ ਸਰੀਰਕ ਜਾਲ ਵਿੱਚ ਕੇਵਲ ਅਮੀਰ ਅਤੇ ਪ੍ਰਸਿੱਧ ਪੁਰਸ਼ਾਂ ਨੂੰ ਪਕੜਦੀਆਂ ਹਨ। ਰੂਸਨਾ ਸੁਨੋ ਹੀ ਚਾਹੀਦਾ ਹੈ ਜਿਸ ਵਿੱਚ ਮਨਾਏ ਜਾਣ ਉੱਤੇ ਮਨ ਜਾਣ ਦਾ ਸਲੀਕਾ ਹੋਵੇ ਚੰਗੇ ਸਲਾਹਕਾਰ ਬਹੁਤਾ ਬੋਲਦੇ ਨਹੀਂ ਉਹ ਬਹੁਤਾ ਸੁਣਦੇ ਹਨ ਸੁਣਦਿਆਂ ਹੀ ਉਹਨਾਂ ਨੂੰ ਆਏ ਵਿਅਕਤੀ ਦੀਆਂ ਸਮੱਸਿਆਵਾਂ ਦੇ ਹੱਲ ਸੁੱਝ ਜਾਂਦੇ ਹਨ ਪੈਰਿਸ ਵਿੱਚ ਰੌਣਕ ਬਾਹਰਲੇ ਯਾਤਰੀ ਲਾਉਂਦੇ ਹਨ ਪੈਰਿਸ ਵਿੱਚ ਹਰ ਵੇਲੇ ਸ਼ਹਿਰ ਦੀ ਆਬਾਦੀ ਨਾਲੋਂ ਦੁੱਗਣੀ ਆਬਾਦੀ ਸੈਲਾਨੀਆਂ ਦੀ ਹੁੰਦੀ ਹੈ ਪਹਿਲਾਂ ਹੀ ਨਿਰਧਾਰਤ ਕੀਤੀ ਹੈ ਤੇ ਸਭ ਤੋਂ ਸਭ ਪੱਖੋਂ ਬੇਉੰਤੀ ਹੋਈ ਮਿਲਣੀ ਵੇਲੇ ਵੀ ਪ੍ਰੇਮੀ ਪ੍ਰੇਮਿਕਾ ਅਚਾਨਕ ਮਿਲਨ ਦਾ ਪ੍ਰਭਾਵ ਉਸਾਰਦੇ ਹਨ ਕਿਸੇ ਦੇਸ਼ ਦੀ ਸੱਭਿਆਚਾਰਕ ਅਮੀਰੀ ਦੀ ਸੋਝੀ ਉਥੋਂ ਦੇ ਪਹਿਰਾਵਿਆਂ ਤਿਹਾਰਾਂ ਤੇ ਪਕਵਾਨਾਂ ਤੋਂ ਮਿਲਦੀ ਹੈ ਵਿਆਹ ਰਹੀਂ ਸਮਾਜ ਸਾਬਤ ਕਰਦਾ ਹੈ ਕਿ ਇਸਤਰੀ ਪੁਰਸ਼ ਦਾ ਵੱਖ-ਵੱਖ ਰਹਿਣਾ ਦੋਹਾਂ ਲਈ ਚੰਗਾ ਨਹੀਂ ਫਰਾਂਸ ਸੰਸਾਰ ਦਾ ਇੱਕ ਮਾਤਰ ਦੇਸ਼ ਹੈ ਜਿੱਥੇ ਸਕੂਲਾਂ ਵਿੱਚ ਇੱਕ ਵਾਰਾ ਫਿਲਾਸਫੀ ਪੜ੍ਹੀ ਪੜਾਈ ਜਾਂਦੀ ਹੈ ਜਿਸ ਕਾਰਨ ਭਾਵੇਂ ਕੋਈ ਮਿਸਤਰੀ ਹੋਵੇ ਵਪਾਰੀ ਹੋਵੇ ਕਵੀ ਹੋਵੇ ਉਹ ਫਿਲਾਸਫਰ ਮਿਸਤਰੀ ਫਿਲਾਸਫਰ ਵਪਾਰੀ ਫਿਲਾਸਫਰ ਕਵੀ ਹੋ ਨਿਭਰਦਾ ਹੈ ਆਪਣੇ ਆਪ ਵਿੱਚ ਮਗਨ ਪੁਰਸ਼ ਸੁਤੰਤਰ ਲੜਕੀਆਂ ਤੇ ਅਜਾੜ ਤਬੀਅਤ ਔਰਤਾਂ ਵੇਖਣੀਆਂ ਹੋਣ ਦਾ ਯੂਰਪ ਜਾਓ ਕੋਈ ਸਹਾਇਤਕ ਕਰਤੂਪਜਨ ਦੀ ਸੁਭਾਵਨਾ ਉਦੋਂ ਉਜਾਗਰ ਹੁੰਦੀ ਹੈ ਜਦੋਂ ਜ਼ਿੰਦਗੀ ਲਈ ਤੌਤਰਦੀ ਹੈ ਕੁਝ ਅਸਾਧਾਰਨ ਵਾਪਰਦਾ ਹੈ ਇਸਤਰੀ ਦੀ ਖੁਸ਼ ਤਬੀਅਤ ਨੂੰ ਵੇਖ ਕੇ ਪੁਰਸ਼ ਦਲੇਰ ਹੋ ਜਾਂਦਾ ਹੈ ਪੁਰਸ਼ ਦੇ ਖੁੱਲੇ ਡੁੱਲੇ ਸੁਭਾਅ ਨੂੰ ਵੇਖ ਕੇ ਇਸਤਰੀ ਵੀ ਬਹਾਦਰ ਹੋ ਜਾਂਦੀ ਹੈ ਵਿਛੋੜਾ ਜਿੰਨਾ ਲੰਮਾ ਹੁੰਦਾ ਹੈ ਓਤਨਾ ਹੀ ਇਸਤਰੀ ਪੁਰਸ਼ ਦਾ ਇੱਕ ਦੂਜੇ ਉੱਤੇ ਪ੍ਰਭਾਵ ਕਮਜ਼ੋਰ ਹੋ ਜਾਂਦਾ ਹੈ ਕੀ ਸੇ ਪੇਸ਼ਕਸ਼ ਲਈ ਟੁਕਮੀ ਦੇਰੀ ਮਗਰੋਂ ਹਾਂ ਕਹੋ ਤੁਹਾਡੀ ਹਾਂ ਸੋਚੀ ਸਮਝੀ ਅਤੇ ਸਿਆਣੀ ਹਾਂ ਮੰਨੀ ਜਾਵੇਗੀ ਇਸ ਘਟਨਾ ਤੋਂ ਤੁਸੀਂ ਕੀ ਸਿੱਖਿਆ ਹੈ ਇਸ ਤੋਂ ਮੈਂ ਇਹ ਸਿੱਖਿਆ ਹੈ ਕਿ ਜੋ ਮੈਂ ਸਿੱਖਿਆ ਹੈ ਉਹ ਤੁਹਾਨੂੰ ਨਾ ਦੱਸਾਂ ਮਾਪੇ ਪੁਰਾਣੇ ਹੋ ਜਾਂਦੇ ਹਨ ਪਰ ਤੁਹਾਡੇ ਲਈ ਉਹ ਨਵੇਂ ਹੀ ਰਹਿਣੇ ਚਾਹੀਦੇ ਹਨ ਉਹਨਾਂ ਕੋਲ ਭਾਵੇਂ ਨਵਾਂ ਗਿਆਨ ਨਹੀਂ ਹੁੰਦਾ ਫਿਰ ਵੀ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਸੰਬੰਧੀ ਸੋਚ ਦੇ ਪੱਖੋਂ ਉਹ ਅਕਸਰ ਸਹੀ ਹੁੰਦੇ ਹਨ। ਕਈ ਵਾਰੀ ਜਿੱਤ ਸਾਹਮਣੇ ਹੁੰਦੀ ਹੈ ਪਰ ਜਿੱਤਨ ਦੀ ਹਿੰਮਤ ਗੁਆਚ ਜਾਂਦੀ ਹੈ। ਬੱਚੇ ਪਾਲਦੇ ਆ ਮਾਂ ਨੂੰ ਤੋਤੇ ਵਾਂਗ ਬੋਲਣਾ ਆ ਜਾਂਦਾ ਹੈ। ਬੱਚੇ ਮਾਂ ਨੂੰ ਅੱਧੀ ਪਾਗਲ ਕਰ ਦਿੰਦੇ ਹਨ ਪਰ ਪੂਰੀ ਪਾਗਲ ਕਦੇ ਨਹੀਂ ਹੋਣ ਦਿੰਦੇ। ਸਾਡੇ ਅਸਲੀ ਵਿਰੋਧੀ ਉਹ ਹੁੰਦੇ ਹਨ ਜਿਹੜੇ ਆਪਣੀ ਜਿੱਤ ਦਾ ਨਹੀਂ ਸਾਡੀ ਹਾਰ ਦਾ ਜਸ਼ਨ ਮਨਾਉਂਦੇ ਹਨ ਸੁਣਨ ਦੀ ਕਲਾ ਨਾਲ ਤੁਹਾਨੂੰ ਕਈਆਂ ਦਾ ਇਲਾਜ ਕਰਨਾ ਆ ਜਾਵੇਗਾ ਪ੍ਰਭਾਵਸ਼ਾਲੀ ਗੱਲਬਾਤ ਵਿੱਚ ਅਸੀਂ ਉਹ ਸਭ ਕੁਝ ਵੀ ਸੁਣਦੇ ਹਾਂ ਜੋ ਕਿਹਾ ਨਹੀਂ ਜਾ ਰਿਹਾ ਹੁੰਦਾ ਪਰ ਜਿਸ ਦਾ ਸਮਝਣਾ ਜ਼ਰੂਰੀ ਹੁੰਦਾ ਹੈ ਚਿੰਤਾ ਤੋਂ ਮੁਕਤ ਹੋਣ ਦਾ ਇੱਕ ਹੀ ਢੰਗ ਹੈ ਕੰਮ ਕਰੋ ਜੇ ਕੰਮ ਨਹੀਂ ਹੈ ਤਾਂ ਆਪਣੇ ਲਈ ਆਪ ਕੰਮ ਪੈਦਾ ਕਰੋ ਸਿੱਖਿਆ ਸੰਸਥਾਵਾਂ ਵਿੱਚ ਗਿਆਨ ਦਿੱਤਾ ਜਾਂਦਾ ਹੈ ਪਰ ਅਕਲ ਅਤੇ ਸਿਆਣਪ ਆਪ ਉਪਜਾਉਣੀ ਹੁੰਦੀ ਹੈ ਜਦੋਂ ਵੀ ਸੁਰੱਖਿਆ ਲਈ ਤੰਗੋਂਗੇ ਡਰ ਬਲਵਾਨ ਹੋ ਜਾਵੇਗਾ ਚੰਗੇ ਨੂੰ ਨਾ ਕਹੋ ਤਾਂ ਕਿ ਉੱਤਮ ਨੂੰ ਹਾਂ ਕਹਿ ਸਕੋ ਡਾਰਵਿਨ ਨੇ ਸੰਸਾਰ ਵਿੱਚ ਮੁਕਾਬਲੇ ਦੀ ਬਿਰਤੀ ਨੂੰ ਅਤੇ ਮਾਰਕਸ ਨੇ ਸੰਘਰਸ਼ ਦੀ ਸੋਚ ਨੂੰ ਬਲਵਾਨ ਕਰਕੇ ਜੀਵਨ ਨੂੰ ਵਿਦੇਰੇ ਗੁੰਝਲਦਾਰ ਬਣਾ ਦਿੱਤਾ ਹੈ। ਰਿਸ਼ਤੇ ਦੀ ਡੁੰਗਾਈ ਰਿਸ਼ਤੇ ਦੀ ਮਿਆਦ ਤੇ ਨਿਰਪਰ ਨਹੀਂ ਕਰਦੀ। ਲੋੜ ਬਿਨਾ ਲਾਇਆ ਬਹਾਨਾ ਦੱਸਦਾ ਹੈ ਕਿ ਤੁਸੀਂ ਹੀਣ ਭਾਵਨਾ ਦਾ ਸ਼ਿਕਾਰ ਹੋ। ਜਿਸ ਵਿੱਚ ਪੁੱਛਣ ਦੀ ਸਿਆਣਪ ਹੁੰਦੀ ਹੈ ਉਹ ਰਸਤਾ ਨਹੀਂ ਗਵਾਚਦਾ ਜਿਸ ਤਰੀ ਛੱਟ ਪੁੱਛ ਲੈਂਦੀ ਹੈ ਪੁਰਸ਼ ਨੂੰ ਸਭ ਕੁਝ ਜਾਣਦੇ ਹੋਣ ਦਾ ਗੁਮਾਨ ਹੁੰਦਾ ਹੈ ਇਸ ਲਈ ਉਹ ਪਟਕਦਾ ਰਹਿੰਦਾ ਹੈ ਮੰਗਤਿਆਂ ਦੇ ਵੀ ਵਰਗ ਅਤੇ ਮਿਆਰ ਹੁੰਦੇ ਹਨ ਇੱਕ ਮੰਗਤਾ ਸੀ ਉਹ ਕੇਵਲ ਵੱਡੇ ਘੇਟ ਹੀ ਖੜਕਾਉਂਦਾ ਸੀ ਆਪਣੇ ਬੱਚਿਆਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਨਾ ਕਰੋ। ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨ ਦਿਓ। ਉਹਨਾਂ ਨੂੰ ਕੁਝ ਆਪ ਵੀ ਸਿੱਖਣ ਦਿਓ। ਸਤੰਤਰ ਹੋਵੋ। ਕਿਧਰੇ ਜਾਣ ਲਈ ਜੇ ਕਿਸੇ ਨੇ ਤੁਹਾਨੂੰ ਲੈ ਕੇ ਜਾਣਾ ਹੈ ਤਾਂ ਤੁਸੀਂ ਚੱਲੋਗੇ ਹੀ देर ਨਾਲ। ਜੇ ਪਹੁੰਚੇ ਤਾਂ ਪਹੁੰਚੋਗੇ ਪਛੜ ਕੇ। ਅਸਫਲ ਹੋ ਹੋ ਕੇ ਸਫਲ ਹੋਣ ਵਾਲੇ ਸਫਲ ਹੁੰਦੇ ਚਲੇ ਜਾਂਦੇ ਹਨ ਕਿਉਂਕਿ ਅਸਫਲਤਾ ਸਫਲਤਾ ਉਹਨਾਂ ਲਈ ਇੱਕ ਦਿਲਚਸਪ ਖੇਡ ਬਣ ਜਾਂਦੀ ਹੈ ਹਰ ਕਿਸੇ ਨੂੰ ਜ਼ਿੰਦਗੀ ਵਿੱਚ ਸਿਆਣਪ ਦੇ ਝਲਕਾਰੇ ਪੈਂਦੇ ਹਨ ਜਿਹੜੇ ਅਕਸਰ ਮੁਸੀਬਤ ਮੁਸ਼ਕਿਲ ਅਤੇ ਸੰਕਟ ਵੇਲੇ ਪੈਂਦੇ ਹਨ ਵਹਿਣ ਵਿੱਚ ਰੁੜਨ ਦੀ ਥਾਂ ਇਹਨਾਂ ਝਲਕਾਰਿਆਂ ਨਾਲ ਅਸੀਂ ਵਹਿਣ ਬਦਲ ਸਕਦੇ ਹਾਂ ਆਪਣੇ ਕਈ ਨੁਕਸਾਨ ਨੂੰ ਕਿਸੇ ਵੱਲੋਂ ਸਾਡੇ ਤੋਂ ਜਿੱਤਣ ਮਗਰੋਂ ਅਤੇ ਕਈ ਕਮਜ਼ੋਰੀਆਂ ਸਾਨੂੰ ਆਪਣੀ ਹਾਰ ਤੋਂ ਮਗਰੋਂ ਪਤਾ ਲੱਗਦੀਆਂ ਹਨ। ਬੱਚੇ ਨੂੰ ਸਰੀਲੀ, ਸਰੀਲੀਆਂ ਆਵਾਜ਼ਾਂ ਚੰਗੀਆਂ ਲੱਗਦੀਆਂ ਹਨ। ਪੁਰਸ਼ਾਂ ਦੀਆਂ ਸਖਤ ਆਵਾਜ਼ਾਂ ਤੋਂ ਉਹ ਡਰਦਾ ਹੈ। ਬੱਚਿਆਂ ਨੂੰ ਮੋਦਲੀਆਂ, ਜਮਾਤਾਂ ਜੇ ਇਸਤਰੀਆਂ ਪੜ੍ਹਾਉਣ ਤਾਂ ਉਹ ਵਧੇਰੇ ਪੜ੍ਹਦੇ ਹਨ। ਇੱਕ ਵੱਡੇ ਖਿਡਾਰੀ ਨੇ ਕਿਹਾ ਤੁਸੀਂ ਮੈਨੂੰ ਚਾਂਦੀ ਦਾ ਤਗਮਾ ਜਿੱਤਣ ਦੀਆਂ ਵਧਾਈਆਂ ਦੇ ਰਹੇ ਹੋ ਮੈਂ ਸੋਨੇ ਦਾ ਤਗਮਾ ਹਾਰਨ ਦਾ ਸੋਗ ਕਰ ਰਿਹਾ ਹਾਂ ਕਾਲਜਾਂ ਯੂਨੀਵਰਸਿਟੀਆਂ ਦੇ ਇਹਦੇ ਅਪਕਾਂ ਤੇ ਜਿੰਨੀਆਂ ਬਧੇਰੇ پابੰਦੀਆਂ ਹੋਣਗੀਆਂ ਸਿੱਖਿਆ ਦਾ ਪੱਧਰ ਉਤਨਾ ਨੀਵਾ ਹੋਵੇਗਾ ਵਿਕਾਸ ਲਈ ਮਾਹੌਲ ਖੁੱਲਾ ਅਤੇ ਅਧਿਆਪਨ ਸੁਤੰਤਰ ਹੋਣਾ ਜ਼ਰੂਰੀ ਹੈ ਪ੍ਰਭਾਵਸ਼ਾਲੀ ਇਮਾਰਤਾਂ ਬੜੀਆਂ ਜ਼ਰੂਰੀ ਹੁੰਦੀਆਂ ਹਨ ਇਹ ਮਨੁੱਖ ਦੇ ਹੌਸਲੇ ਦਾ ਸਬੂਤ ਅਤੇ ਉਸ ਦੇ ਮਜ਼ਬੂਤ ਇਰਾਦਿਆਂ ਦਾ ਪ੍ਰਗਟਾਵਾ ਹੁੰਦੀਆਂ ਹਨ ਯੂਨੀਵਰਸਿਟੀਆਂ ਵਿੱਚ ਨਵੀਆਂ ਸੋਚਾਂ ਦਾ ਸਵਾਗਤ ਹੁੰਦਾ ਹੈ ਇੱਥੇ ਪੁਰਾਣੇ ਵਿਚਾਰ ਦਫਨਾਏ ਜਾਂਦੇ ਹਨ ਨਵੇਂ ਵਿਚਾਰ ਉਭਾਰੇ ਜਾਂਦੇ ਹਨ ਜਿੱਥੇ ਇੱਕ ਹੀ ਵਿਚਾਰਤਾ ਰਾਹ ਹੁੰਦੀ ਹੈ ਇੱਕ ਹੀ ਧਰਮ ਦੀਆਂ ਗੱਲਾਂ ਹੁੰਦੀਆਂ ਹਨ ਉਹ ਯੂਨੀਵਰਸਿਟੀ ਯੂਨੀਵਰਸਿਟੀ ਕਹਾਉਣ ਦੇ ਯੋਗ ਨਹੀਂ ਹੁੰਦੀ ਜਖਮੀ ਦੀ ਸਭ ਤੋਂ ਵੱਡੀ ਮਦਦ ਉਸ ਨੂੰ ਹਸਪਤਾਲ ਪਹੁੰਚਾਉਣਾ ਹੁੰਦੀ ਹੈ। ਬਿਨਾਂ ਕਿਸੇ ਅਧਾਰ ਦੇ ਕੁਝ ਵਾਪਰਨ ਨੂੰ ਜਾਦੂ ਕਹਿੰਦੇ ਹਨ। ਬਿਨਾਂ ਕਿਸੇ ਯਤਨ ਦੇ ਕਿਸੇ ਸਮੱਸਿਆ ਦੇ ਹੱਲ ਸੁਜਣ ਨੂੰ ਇਲਹਾਮ ਕਹਿੰਦੇ ਹਨ। ਬਿਨਾਂ ਕਿਸੇ ਆਸ ਦੇ ਕੁਝ ਵਾਪਰਨ ਨੂੰ ਕਰਾਮਾਤ ਕਹਿੰਦੇ ਹਨ। ਦਿਲ ਨੂੰ ਆਪ ਮੁਹਾਰੇ ਪੈਣ ਵਾਲੀ ਖਿੱਚ ਨੂੰ ਪਿਆਰ ਕਹਿੰਦੇ ਹਨ। ਕਿੰਨਾ ਸੰਜਮ ਹੋਣਾ ਚਾਹੀਦਾ ਹੈ? ਇਤਨਾ ਕਿ ਰੱਬ ਅੱਗੇ ਵੀ ਕੋਈ ਅਰਦਾਸ ਕਰਨ ਦੀ ਲੋੜ ਨਾ ਪਵੇ। ਰਾਜਦੂਤਾਂ ਨੂੰ ਸਿਖਾਇਆ ਜਾਂਦਾ ਹੈ ਕਿ ਗੱਲਬਾਤ ਜਾਰੀ ਰੱਖਣੀ ਹੈ ਪਰ ਕਹਿਣਾ ਅਤੇ ਦੱਸਣਾ ਕੁਝ ਨਹੀਂ ਸਵੈ ਸੁਧਾਰ ਅਤੇ ਸਵੈ ਵਿਕਾਸ ਕਰਨ ਵਿੱਚ ਮੁਸ਼ਕਲ ਹੋਵੇਗੀ ਪਰ ਮੁਸ਼ਕਲ ਦੱਸੇਗੀ ਕਿ ਵਿਕਾਸ ਅਤੇ ਸੁਧਾਰ ਹੋ ਰਿਹਾ ਹੈ ਸੰਜਮ ਅਪਣਾਓ ਸੁਤੰਤਰਤਾ ਵੱਧ ਜਾਵੇਗੀ ਕੋਈ ਕੰਮ ਨਾ ਕਰਨ ਦੇ ਅਕਸਰ ਦੋ ਕਾਰਨ ਹੁੰਦੇ ਹਨ ਦੱਸਿਆ ਜਾਣ ਵਾਲਾ ਕਾਰਨ ਅਤੇ ਅਸਲੀ ਕਾਰਨ अनेका ਯਾਤਰੀ ਯਾਤਰਾ ਦੌਰਾਨ ਵੇਖਦੇ ਸੁਣਦੇ ਘੱਟ ਹਨ ਅਤੇ ਫੋਟੋਆਂ ਵਧੇਰੇ ਖਿੱਚਦੇ ਹਨ ਅਜਿਹਾਂ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਕਿਉਂਕਿ ਉਹਨਾਂ ਨੂੰ ਭੁਲੇਖਾ ਹੁੰਦਾ ਹੈ ਕਿ ਸਭ ਕੁਝ ਕੈਮਰੇ ਵਿੱਚ ਸਾਂਭਿਆ ਪਿਆ ਹੈ ਆਪਣੇ ਖਿੰਡੇ ਹੋਏ ਵਿਚਾਰਾਂ ਨੂੰ ਤਰਤੀਬ ਵਿੱਚ ਲਿਆ ਕੇ ਪ੍ਰਸੰਨਤਾ ਮਿਲਦੀ ਹੈ ਸਵੈ ਵਿਸ਼ਵਾਸ ਵੱਧਦਾ ਹੈ ਬੋਲਣ ਦੀ ਹਿੰਮਤ ਜਾਗਦੀ ਹੈ ਜੇ ਮਨ ਦੀ ਹਾਲਤ ਠੀਕ ਨਹੀਂ ਤਾਂ ਕਿਸੇ ਨੂੰ ਫੋਨ ਨਾ ਕਰੋ ਕੁਝ ਅਜੀਹਾ ਕਿਹਾ ਜਾਵੇਗਾ ਕਿ ਪਛਤਾਵਾ ਹੋਵੇਗਾ ਜੇ ਤੁਸੀਂ ਆਪਣੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਕਹਿ ਸਕਦੇ ਹੋ ਤਾਂ ਲੋਕ ਤੁਹਾਡੇ ਵੱਲ ਅਵਸ਼્ય ਧਿਆਨ ਦੇਣਗੇ ਕਿਸੇ ਉਦਾਸ ਵਿਅਕਤੀ ਨੂੰ ਮਿਲਣ ਜਾ ਰਹੇ ਹੋ ਖਾਣ ਵਾਲੀ ਕੋਈ ਚੀਜ਼ ਲੈ ਕੇ ਜਾਓ ਜਿਹੜੀ ਰਲ ਕੇ ਖਾਧੀ ਜਾਵੇ ਉਦਾਸ ਵਿਅਕਤੀ ਨੂੰ ਚੰਗਾ ਲੱਗੇਗਾ ਖਾਣ ਪੀਣ ਵਿੱਚ ਉਦਾਸੀ ਨਾਲ ਲੜਨ ਦੀ ਸ਼ਕਤੀ ਹੁੰਦੀ ਹੈ ਇਹ ਜਾਨਣਾ ਜ਼ਰੂਰੀ ਹੁੰਦਾ ਹੈ ਕਿ ਕੀ ਨਹੀਂ ਬੋਲਣਾ ਕੀ ਕਦੋਂ ਨਹੀਂ ਬੋਲਣਾ ਕੀ ਕਦੇ ਨਹੀਂ ਬੋਲਣਾ ਜਦੋਂ ਕਿਸੇ ਦਾ અપਮਾਨ ਹੋ ਰਿਹਾ ਹੋਵੇ ਤਾਂ ਉਸ ਦੇ ਮੋਢੇ ਢਿਲਕ ਜਾਂਦੇ ਹਨ ਜਿੱਥੇ ਵੀ ਹੋਵੋ ਉਸ ਥਾਂ ਦਾ ਮਹੱਤਵਪੂਰਨ ਭਾਗ ਬਣੋ ਜਿਵੇਂ ਸਰੀਰ ਵਿੱਚ ਦਿਲ ਮਹੱਤਵਪੂਰਨ ਭਾਗ ਹੁੰਦਾ ਹੈ ਰੱਬ ਦੀ ਪ੍ਰਸ਼ੰਸਾ ਕਰਨ ਵਾਸਤੇ ਅਸੀਂ ਕਿਸੇ ਪਿਆਰੇ ਦਾ ਚਿਹਰਾ ਵੇਖਦੇ ਹਾਂ ਲਿਖਨ ਨਾਲ ਇੱਧਰ ਉੱਧਰ ਭੱਜਣ ਵਾਲਾ ਮਨ ਸਾਧਿਆ ਜਾਂਦਾ ਹੈ ਕਈ ਐਵੇਂ ਹੱਸਦੇ ਹਨ ਕਿ ਧਿਆਨ ਨਾਲ ਵੇਖਣਾ ਪੈਂਦਾ ਹੈ ਕਿ ਉਹ ਰੋ ਰਹੇ ਹਨ ਕਿ ਹੱਸ ਰਹੇ ਹਨ ਜਿੱਥੇ ਪੁਰਸ਼ ਚੁਸਤ ਹੋਣਗੇ ਉੱਥੇ ਇਸਤਰੀਆਂ ਚਤੁਰ ਹੋਣਗੀਆਂ ਜਿੰਦਗੀ ਦੇ ਇੱਕ ਪੜਾਅ ਤੇ ਆ ਕੇ ਸਾਡਾ ਅਗਿਆਕਾਰੀ ਸਰੀਰ ਸਾਡਾ ਆਖਾ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ ਦੁੱਖ ਵਿੱਚੋਂ ਗੁਜ਼ਰੋ ਚੁੱਪ ਕਰਕੇ ਦੁੱਖ ਸਹਿ ਕੇ ਸਿੱਧੇ ਗੁਜ਼ਰ ਜਾਓ ਸੁਰੰਗ ਦੇ ਦੂਜੇ ਸਿਰੇ ਤੇ ਰੋਸ਼ਨੀ ਹੈ ਦੁੱਖ ਤੋਂ ਪਾਰ ਸੁੱਖ ਹੈ ਜ਼ਿੰਦਗੀ ਦਾ ਕਾਇਆ ਕਲਪ ਕਰਨ ਵਾਲੇ ਸ਼ਕਤੀਸ਼ਾਲੀ ਪ੍ਰਭਾਵ ਸਿੱਧੇ ਨਹੀਂ ਪੈਂਦੇ ਅਕਸਰ ਅਸਿੱਧੇ ਪੈਂਦੇ ਹਨ ਸੋਹਣੀ ਪ੍ਰੇਮਿਕਾ ਉਹ ਹੁੰਦੀ ਹੈ ਜਿਸ ਦੀ ਉਡੀਕ ਕਰਨੀ ਚੰਗੀ ਲੱਗੇ ਵੱਡਾ ਸ਼ਾਇਰ ਇਸ ਉਡੀਕ ਦੌਰਾਨ ਇੱਕ ਗੱਲ ਗਜ਼ਲ ਰਚ ਦਿੰਦਾ ਹੈ ਪ੍ਰੇਮਿਕਾ ਦੀਆਂ ਝਿੜਕਾਂ ਤੇ ਪ੍ਰੇਮੀ ਦੀਆਂ ਧਮਕੀਆਂ ਦਿਲਚਸਪ ਹੁੰਦੀਆਂ ਹਨ ਜਿਹੜਾ ਆਪ ਮਿਹਨਤ ਕਰਦਾ ਹੈ ਉਹ ਹੋਰਾਂ ਤੋਂ ਵੀ ਮਿਹਨਤ ਦੀ ਆਸ ਕਰਦਾ ਹੈ ਕੰਮਚੋਰਾ ਨਾਲ ਉਸ ਦੀ ਆਣ-ਬਣ ਹੋਵੇਗੀ ਹੀ ਹੋਵੇਗੀ ਜਿਹੜੇ ਸਰਦੀਆਂ ਵਿੱਚ ਬਿਸਤਰੇ ਦੇ ਨਿੱਗ ਵਿੱਚ ਵੀ ਕਿਤਾਬਾਂ ਨਹੀਂ ਪੜ੍ਹਦੇ ਉਹ ਗਰਮੀਆਂ ਵਿੱਚ ਬਿਲਕੁਲ ਨਹੀਂ ਪੜ੍ਹਨਗੇ ਬਹੁਤ ਲਾਇਕ ਬੱਚੇ ਬੇਚੈਨ ਹੁੰਦੇ ਹਨ ਉਹ ਸਧਾਰਨ ਬੱਚਿਆਂ ਦੀ ਜਮਾਤ ਵਿੱਚ ਪਰੇਸ਼ਾਨ ਹੁੰਦੇ ਹਨ ਉਹਨਾਂ ਨੂੰ ਕਰਨ ਲਈ ਵਧੇਰੇ ਕਾਰਜ ਦਿਓ ਵੇਲੇ-ਵੇਲੇ ਧੀਰਜੇ ਮਿਦਿਓ ਹੱਲ ਕਰਨ ਲਈ ਸਮੱਸਿਆਵਾਂ ਦਿਓ ਕਈਆਂ ਦੀਆਂ ਗੱਲਾਂ ਸੁਣਨ ਲਈ ਸਾਨੂੰ ਬੁੱਧੂ ਬਣਨ ਦੀ ਲੋੜ ਪੈਂਦੀ ਹੈ। ਹਰੇਕ ਵੱਡਾ ਪਰਿਵਰਤਨ ਕਿਸੇ ਵੱਡੀ ਘਟਨਾ ਮਗਰੋਂ ਵਾਪਰਦਾ ਹੈ। ਯੂਰਪ ਉਦਯੋਗਿਕ ਕ੍ਰਾਂਤੀ ਮਗਰੋਂ ਸ਼ਕਤੀਸ਼ਾਲੀ ਹੋਇਆ। ਅਮਰੀਕਾ ਦੂਜੇ ਵਿਸ਼ਵ ਯੁੱਧ ਮਗਰੋਂ ਵਿਸ਼ਵ ਸ਼ਕਤੀ ਬਣਿਆ। ਭਾਵਕਤਾ ਵਿੱਚੋਂ ਰਾਸ਼ਟਰਵਾਦ ਅਤੇ ਬૌਧਿਕਤਾ ਵਿੱਚੋਂ ਅੰਤਰਰਾਸ਼ਟਰੀਵਾਦ ਉਪਜਦੇ ਹਨ। ਬੁੱਧ ਦੇ ਚਿੰਤਨ ਵਿੱਚ ਹਾਕਮਾਂ, ਦੇਵਤਿਆਂ ਜਾਂ ਪਰਮਾਤਮਾ ਦਾ ਕੋਈ ਮਹੱਤਵ ਨਹੀਂ ਹੈ। ਧਰਤੀ ਉੱਤੇ ਜੀਵਨ ਧਰਤੀ ਦੀਆਂ ਹੋਰ ਚੀਜ਼ਾਂ ਵਾਂਗ ਹੀ ਉਪਜਿਆ ਹੈ ਇਹ ਪੁਰਵਲੇ ਜੀਵਨ ਦੇ ਕਰਮਾਂ ਦਾ ਉਪਜਾਇਆ ਹੋਇਆ ਨਹੀਂ ਰਾਸ਼ਟਰਵਾਦ ਅਮਨ ਦਾ ਨਹੀਂ ਦਮਨ ਦਾ ਸਿਧਾਂਤ ਹੈ ਕਈ ਦੇਸ਼ਾਂ ਨੂੰ ਰਾਸ਼ਟਰਵਾਦ ਦਾ ਅਕਸਰ ਦੋਰਾ ਪੈਂਦਾ ਹੈ ਜਦੋਂ ਯੂਰਪ ਵਿੱਚ ਉਦਯੋਗੀ ਕ੍ਰਾਂਤੀ ਆਈ ਤਾਂ ਜ਼ਗੀਰਦਾਰ ਕਾਰਖਾਨੇਦਾਰਾਂ ਨੂੰ ਨਵੇਂ ਬਣੇ ਅਮੀਰ ਕਹਿ ਕੇ ਆਪਣੇ ਤੋਂ ਨੀਵੇਂ ਸਮਝਦੇ ਸਨ ਉਦਯੋਗੀ ਕ੍ਰਾਂਤੀ ਨਾਲ ਪ੍ਰਜਾਤੰਤਰ ਆਇਆ ਜਿਸ ਨੇ ਜ਼ਗੀਰਦਾਰ ਹੁੰਝ ਦਿੱਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ